ਕੋਠਾਂ ਦੇ ਹਲ ਲੱਗੇ ਨੇ ਸਟੈਂਡ ਬਣੇ, ਬੰਦਿਆਂ ਦਾ ਕੋਈ ਵੀ ਹੈ ਸਟੈਂਡ ਨਹੀਂ ਰਿਹਾ। ਹਾਓ ਸਾਹਮਣੇ ਤੁਹਾਡਾ ਕਿਹੜਾ ਨੰਬਰ ਹੈ ਜੋੜਨ ਲਈ, ਕਹਿੰਦੇ ਕਿਹੜਾ ਖਿਡਾਰੀ। ਹਾਓ ਮੇਰੇ ਮਿੱਤਰੋ ਪਿਆਰ ਵਰਤਿਆਰਾ, ਹਾਓ ਗੱਲਾਂ ਕਹਿੰਦੇ ਹੋੜ ਗਈਆਂ, ਮੁੰਡੇ ਕਹਿੰਦੇ ਫਿੱਟੜੇ ਬਰ ਸਵੀਕਰੀ ਆ ਰਹੀ ਹੈ। ਉਧਰ ਮਰਦੋੜੀ ਦੀ ਟੀਮ ਨੇ ਕਹਿੰਦੇ ਕਬੱਡੀ ਟੀਮ ਹੈ ਜਿਹੜੀ ਹਰਾਈ ਅੱਜ ਦੇ ਮੇਲੇ ਦੇ, ਤੇ ਗੱਲਾਂ ਕਹਿੰਦੇ ਟਕਾਰੇ ਲਾਈਆਂ ਨੇ। ਦਸ ਤਾਂ ਮੁੰਡਿਆਂ ਨੇ ਵੀ ਫਿੱਟ ਹੈ, ਪਰ ਇੱਧਰ ਯੂਪੀ ਵਾਲੇ ਮੁੰਡੇ ਕਹਿੰਦੇ ਆਨੰਦਗੜ੍ਹ ਦੀ ਟੀਮ ਨੂੰ ਕਹਿੰਦੇ ਹਰ ਤੋਂ ਮੇਰੇ ਮਿੱਤਰੋ ਦੋਸਤਾਂ ਨੂੰ ਪਾਈ ਤੁਰੇ ਆਉਂਦੇ ਆ। ਲੈ ਵੀ ਕਿੰਨੇ ਕਿੰਨੇ ਹੋ ਗਏ ਨੰਬਰ ਸੁਣ ਵੀਰ, ਦੱਸੀਏ ਜੀ ਇੱਧਰ ਕਿੰਨੇ ਕਿੰਨੇ ਹੋ ਗਿਆ। ਦੋ ਪੰਜ ਇੱਧਰ ਵੀ ਦੱਸ ਦਈਏ ਆਪਾਂ ਕਿੰਨੇ ਹੋ ਗਏ ਦੋ ਨੰਬਰ ਦੇ ਵਿੱਚ। ਦੋ ਤੇ ਲਵ ਦੀ ਟੱਕਰ ਜਿਹੜੀ ਬਣੀ ਹੋਈ ਹੈ, ਦੋ ਰਵੀ ਦੇ ਆ ਉਧਰਲੇ ਪਾਸੇ ਦੋ ਹੈ, ਕਹਿੰਦੇ ਅੰਗਰੇਜ਼ ਵਰਗੇ ਭਰਾਵਾਂ ਨੇ ਦੋ ਸਕੋਰ ਜਿਹੜੇ ਬਣਾ ਲਏ ਹੈ। ਲੈ ਵੀ ਮੁੰਡਿਆ ਤਿਆਰੀ ਜਿਹੜੀ ਹੁਣਦੀ ਪੈਣੀ ਹੈ। ਲਾਵੀ ਸੇਤੀ ਪਿੰਡ ਦਾ ਮੇਲਾ ਕਹਿੰਦੇ ਮੁੰਡਿਆਂ ਨੂੰ ਵੀ ਜੋਰ ਤੇ ਲਾਉਣਾ ਪੈਣਾ ਦੀਪਕ ਰਵੀ। ਅਬਦੁਲ ਰਾਏ ਸਾਡਾ ਵੀਰ ਕਹਿ ਰਿਹਾ ਵੀ ਅੱਜ ਜੇ ਰਵੀ ਫਾਈਨਲ ਖੇਡਦਾ ਜਾਂ ਜਿੱਤਦਾ ਖੇਡਦਾ 551 ਰੁਪਏ 551 ਦੇ ਨਾਲ ਵੱਡੇ ਮਾਨ ਸਨਮਾਨ ਕਰ ਦਿਆਂਗੇ ਜੇ ਫਾਈਨਲ ਜਿੱਤਦਾ ਰਵੀ ਤਾਂ। ਵੱਡੇ ਮਾਨ ਤੇ ਸਨਮਾਨ ਜਿਹੜੇ ਕਹਿੰਦੇ ਆ ਗਏ ਹੈ। ਉਧਰ ਮੈਨੂੰ ਲੱਗਦਾ ਵੀ ਪਹਿਲਾ ਪੁਆਇੰਟ ਜਿਹੜਾ ਮੁੰਡਿਆਂ ਨੇ ਆਓ ਜੋੜ ਦਿੱਤਾ ਆਪਣੀ ਟੀਮ ਦੇ ਲਈ। ਆਓ ਗੱਲਾਂ ਕਦੇ ਹੋਣਗੀਆਂ ਜ਼ਰੂਰ ਮੇਰੇ ਮਿੱਤਰੋ। ਟਾਪ ਦਾ ਕਹਿੰਦੇ ਮੈਚ ਖੇਡਿਆ ਜਾਣਾ, ਸਰਵਿਸ ਕਹਿੰਦੇ ਫੇਰ ਕਰ ਦਿੱਤੀ ਹੈ ਪ੍ਰਵੀਨ ਨੇ। ਆਓ ਗੱਲਾਂ ਬਾਤਾਂ ਕਹਿੰਦੇ ਵੱਡੀਆਂ ਨੇ, ਆਓ ਬੱਲੇ ਬੱਲੇ ਕਹਿੰਦੇ ਹੋਈ ਪਈ ਆ ਖੇਡ ਦੇ ਮੈਦਾਨ ਦੇ ਵਿੱਚ, ਚਰਚੇ ਕਹਿੰਦੇ ਹੋਣਗੇ ਜ਼ਰੂਰ। ਸਾਰੀਆਂ ਕੱਟ ਕੱਟ ਕੇ ਪੈ ਰਹੀਆਂ ਵੀ ਮੈਲ ਖੁਰਦਲੇ ਤੇ ਧਰਤੀ ਪਾਇਆ ਇਹ ਬਾਈ ਕਹਿੰਦੇ ਪ੍ਰੋਸ਼ਨ ਕਰਦਾ। ਲੈ ਵੀ ਇੱਧਰ ਕਿੰਨੇ ਕਿੰਨੇ ਮੇਰੇ ਵੀਰ, ਨਵਾਬ ਨੂੰ 200 ਪਿੱਛੇ ਬਾਲ ਤੋਂ ਖੁਸ਼ ਹੋ ਕੇ ਗਗਨ ਵੱਲ ਹਲਵਾਰਾ ਕੈਨੇਡਾ ਦਾ ਪਿਛਲੀ ਬਾਲ ਤੋਂ ਖੁਸ਼ ਹੋ ਕੇ ਨਵਾਬ ਨੂੰ 200। ਰਵੀ ਕਹਿੰਦੇ ਉੱਧਰ ਗਗਨ ਸਾਡਾ ਵੀਰ ਆਓ ਕੈਨੇਡਾ ਵਾਲਾ ਵੱਡੇ ਮਾਨ ਕਰਦਾ ਹੈ, ਗਗਨ ਵੱਲ ਆਓ ਕਹਿੰਦੇ ਵੱਡੇ ਮਾਨ ਕਰਦਾ, ਕਹਿੰਦੇ 200 ਦੇ ਪਿਛਲੀ ਬਾਲ ਤੇ ਖੁਸ਼ ਹੋ ਕੇ ਜਿਹੜਾ ਟੱਪਾ ਪਾਇਆ ਭਰਾ ਨੇ, ਆਓ ਨਵਾਬ ਤੇ ਕਹਿੰਦੇ 200 ਦੇ ਵੱਡੇ ਮਾਨ ਤੇ ਸਮਾਨ ਜਿਹੜੇ ਭੇਜ ਦਿੱਤੇ ਆ ਕਹਿੰਦੇ ਭਰਾ ਨੇ, ਕਹਿੰਦੇ ਬਹੁਤ ਵੱਡੇ ਧੰਨਵਾਦੀ ਆ। ਕਹਿੰਦੇ ਬਿਨਾਂ ਚੁੱਲ੍ਹੇ ਤੋਂ ਅੱਗ ਨਿਕਲ ਰਹੀ ਹੈ, ਕਹਿੰਦੇ ਖੇਡ ਮੈਦਾਨ ਦੇ ਅੰਦਰ ਆ ਮੈਚ ਕਾਹਦਾ ਲਵਾਤਾ, ਇਹ ਤਾਂ ਕਹਿੰਦੇ ਬਿਨਾਂ ਚੁੱਲ੍ਹੇ ਤੋਂ ਅੱਗ ਨਿਕਲ ਰਹੀ ਹੈ, ਹੈ ਕਹਿੰਦੇ ਸਵਾਦ ਜਿਹੜਾ ਵੱਜਿਆ ਹੋਇਆ ਜੀ ਮੇਰੇ ਵੀਰੇ। ਉਹ ਪਾਲੀ ਬਾਲ ਦਾ ਦੁਨੀਆ ਧੱਕੋ ਧੱਕੀ ਜੁੜੀ ਬੈਠੀ ਹੈ, ਇਹਨਾਂ ਰਾਹੀਂ ਭਰਾਵਾਂ ਦੀ ਵੱਡੀ ਪ੍ਰਮੋਟਰ ਸਪੋਰਟ ਹੈ ਕਹਿੰਦੇ ਬਾਲੀ ਬਾਲ ਨੂੰ। ਉਧਰਲੇ ਪਾਸੇ ਗਲਤੀ 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 ਕਰ ਗਿਆ ਮੁੰਡਾ ਆਓ ਖੇਡਦੇ ਮੈਦਾਨ ਦੇ ਅੰਦਰ। ਲੈ ਵੀ ਮੁੰਡਿਆ ਤਿਆਰੀ ਫੜਨਾ, ਗਲਤੀਆਂ ਨਾਲ ਨੀ ਕੁਝ ਬਣਨਾ, ਤਿਆਰੀ ਜਿਹੜੀ ਫੜਨੀ ਪੈਣੀ ਹੈ ਫੇਰ ਹੀ ਗੱਲ ਬਣਨੀ ਹੈ ਖੇਡਦੇ ਮੈਦਾਨ ਦੇ ਅੰਦਰ। ਸਾਹਮਣੇ ਕਹਿੰਦੇ ਆਓ ਬਹਾਦਰਗੜੀਆ
ਭਾਦਰ ਕਰੀਆ ਮੇਰੇ ਵੀਰੋ ਰਵੀ ਕਹਿੰਦੇ ਫੋਰਸ ਕਿੰਗ ਖੜਾ ਜੇ ਇਹ ਤਿਆਰੀ ਫੜ ਗਿਆ ਨਾ ਇਹਨੇ ਇੱਕ ਪਾਸਾ ਕਰ ਦੇਣਾ ਹਾਂ ਤਿਆਰੀ ਦੇ ਕਰਨੀ ਪੈਣੀ ਆ ਸੋਹਣੇ ਵੀਰੋ ਕਿਉਂਕਿ ਪਿੰਡ ਵਾਲੇ ਮੁੰਡਿਆਂ ਨੇ ਮਾਣ ਕੀਤੇ ਆ ਕਿਵੇਂ ਬਰਸੀਕਰੀ ਵਾਲੇ ਦਾ ਅੱਜ ਮੇਲਾ ਤੇ ਲਾਈ ਰਵੀ ਮਾਰ ਤਾਰ ਦੇ ਰੱਖਣੇ ਪੈਣਗੇ ਆਏ ਬੱਲੇ ਭਾਵੇਂ ਬਫੈਸਲੇ ਵਾਲੇ ਪੱਕੇ ਆ ਮੁੰਡੇ ਮਰਦਾਰੀ ਵਾਲੇ ਵੀ ਕੋਈ ਟਾਵੀ ਟੱਲੀ ਬਾਲ ਹੀ ਖੇਡੇ ਆ ਪਰ ਜਿਹੜਾ ਮੁੰਡਾ ਸਾਹਿਲ ਲੜਦੇ ਖੇਡਦਾ ਇਹ ਵੀ ਨਿੱਤ ਮਿਲ ਕਹਿੰਦੇ ਬਰਸੀਕਰੀ ਵਾਲਾ ਬੰਦਾ ਟਾਪ ਰਿਹਾ ਮੇਰੇ ਮੱਥੇ ਦੂਜੇ ਪਾਸੇ ਸੁੱਖਾ ਕਦੇ ਯੂਕੇ ਦੇ ਵਿੱਕੀ ਦੀਆਂ ਗੱਲਾਂ ਹੋਈਆਂ ਨੇ ਚਰਚੇ ਕਹਿੰਦੇ ਵੱਡੇ ਹੁੰਦੇ ਮੇਰੇ ਵੀਰੋ ਹੋਊਗਾ ਕਹਿੰਦੇ ਚਰਚੇ ਚਰਚੇ ਜਿਹੜੇ ਹੁੰਦੇ ਆ ਖੇਡ ਮੈਦਾਨ ਦੇ ਅੰਦਰ ਅਜੇ ਚਰਚੇ ਜਿਹੜੇ ਕਹਿੰਦੇ ਹਾਂ ਬਾਲੀ ਬਾਲ ਦੇ ਹੋ ਰਿਹਾ ਐਨ ਕਹਿੰਦੇ ਵੱਡਾ ਮੈਚ ਜਿਹੜਾ ਖੇਡਿਆ ਜਾ ਰਿਹਾ ਮੇਰੇ ਵੀਰੋ ਖੇਡਦੇ ਮੈਦਾਨ ਦੇ ਅੰਦਰ ਮੁੰਡੇ ਪਿੰਡ ਵਾਲੇ ਆਓ ਬੱਲੇ ਬੱਲੇ ਕਰਾ ਰਿਹਾ ਸੈਮੀ ਦੀਆਂ ਗੱਲਾਂ ਮੁੰਡੇ ਆ ਅੱਜ ਕੁਝ ਕਰਕੇ ਵਿਖਾਉਣਗੇ ਤੇ ਗੱਲ ਤੇ ਤਾਈਏ ਹੋ ਰਹੀ ਹੈ ਆਓ ਸਾਹਮਣੇ ਸੁੱਖਾ ਕਰਦਾ ਪ੍ਰਾਈ ਪਰ ਪਰਚੇ ਦੇ ਗੁਣ ਹੋਰ ਖਰਚੇ ਦੇ ਕੁਝ ਹੋਰ ਤੇ ਪਰਚੇ ਦੇ ਕੁਝ ਹੋਰ ਲਾਵੀ ਨੰਬਰ ਪੁੱਛ ਲੈ ਕਿੰਨੇ ਕਿੰਨੇ ਹੋ ਗਏ ਲਾਵੀ ਨੰਬਰ ਦੱਸੀਏ 04 ਜੀਰੋ ਤੇ ਚਾਰ ਤਿੰਨ ਚਾਰ ਐਂ ਤਾਂ ਜੀਰੋ ਹੁੰਦੀ ਐਂ ਲੱਗ ਰਿਹਾ ਤਿੰਨ ਤੇ ਚਾਰ ਬੜਾ ਫਰਕ ਪੈ ਜਾਣਾ ਜੀਰੋ ਚਾਰ ਦਾ ਤਿੰਨ ਚਾਰ ਵੀਰੇ ਤਿੰਨ ਤੇ ਚਾਰ ਆਓ ਕਹਿੰਦੇ ਸਕੋਰ ਜਿਹੜੇ ਬਣੇ ਹੋਏ ਇੱਧਰ ਕੰਮ ਪੂਰਾ ਕੰਡੇ ਤੇ ਤਿੰਨ ਚਾਰ ਮਾੜਾ ਜੀ ਤਿੰਨ ਰਵੀ ਚਾਰ ਅੰਗਰੇਜ਼ ਵੀ ਕੰਮ ਪੂਰਾ ਕੰਡੇ ਤੇ ਆਇਆ ਤਿੰਨ ਰਵੀ ਬੜਸੀਕਰੀ ਨਹੀਂ ਤੇ ਚਾਰ ਅੰਗਰੇਜ਼ ਨਵਾਬ ਕੰਡੇ ਤੇ ਜੇ ਮਹਾਰਾਜਾ ਰਣਜੀਤ ਸਿੰਘ ਨਾ ਬੈਠਾ ਮੰਜੇ ਤੇ ਜੇ ਬੁਰੀਆਂ ਸਰਕਾਰਾਂ ਨਾ ਸਾਡੇ ਰਾਜ ਨੂੰ ਸਾਂਭਦੀਆਂ ਆਓ ਸਾਡੇ ਡੋਰੇ ਪਾਉਂਦੇ ਪੱਠੇ ਦੇ ਮੀਮਾ ਭਾਂਡੇ ਮਾਜਦੀਆਂ ਸਾਡੇ ਗੋਰੇ ਪਾਉਂਦੇ ਪੱਠੇ ਦੇ ਮੀਮਾ ਭਾਂਡੇ ਮਾਜਦੀਆਂ ਉਧਰਲੇ ਪਾਸੇ ਦੇਖਾਂਗੇ ਆਓ ਮੁੰਡੇ ਤਿਆਰੀ ਫੜੀ ਬੈਠਿਆ ਨਵਾਬ ਤਿਆਰੀ ਜਿਹੜੀ ਫੜਨੀ ਪੈਣੀ ਆਪਾਂ ਨੂੰ ਵੀ ਟੱਪੇ ਪਾਵੇ ਕਦੋਂ ਵੱਡੇ ਮਾਣ ਆਓ ਜਿਹੜੇ ਹੋ ਜਾਣੇ ਵੱਡੇ ਪ੍ਰਮੋਟਰ ਜਿਹੜੇ ਜੁੜੇ ਬੈਠੇ ਮੇਰੇ ਵੀਰੇ ਲਾਈਵ ਤੇ ਆਹ ਗੱਲਾਂ ਤੇ ਕਹਿੰਦੇ ਹੋਣਗੇ ਵੱਡੇ ਮਾਣ ਸਨਮਾਨ ਕਹਿੰਦੇ ਹੋਣਗੇ ਮੇਰੇ ਮਿੱਤਰ ਵੀ ਕਦੇ ਉੱਤੇ ਕਦੇ ਥੱਲੇ ਤੇ ਕਦੇ ਪੂਰੀ ਬੱਲੇ ਬੱਲੇ ਤੇ ਕਦੇ ਤਾਂ ਸੰਭਾਲੇ ਸੱਟ ਜਾਂਦੇ ਨੋਟਣਾ ਤੇ ਕਦੇ ਕੱਖੋ ਹੋਰੇ ਨਾ ਕਮਾਈਆਂ ਰਹਿੰਦੀਆਂ ਤੇ ਸਦਾ ਨੀ ਹਾਲਾਤ ਰਹਿੰਦੇ ਮਾਰੇ ਬੰਦੇ ਦੇ ਬਹਾਦਰ ਗੜੀਆ ਵੇਰ ਗਿਆ ਤੇ ਗੱਲਾਂ ਹੋਣਗੀਆਂ ਹਾਓ ਚਰਚੇ ਹੁੰਦੇ ਬੰਦੇ ਨੇ ਫੇਰ ਦੇ ਮੈਦਾਨਾਂ ਦੇ ਵਿੱਚ ਹਾਓ ਦੁਨੀਆਂ ਬੜਾ ਪਿਆਰ ਕਰਦੀ ਆ ਬਹਾਦਰ ਗੜੇ ਕਹਿੰਦੇ ਰਵੀ ਨੂੰ ਬੜੀ ਵੱਡੀ ਫੈਨ ਫੋਲੋਇੰਗ ਅੱਜ ਕੱਲ ਹਾਂ ਕਹਿੰਦੇ ਭਾਦਰ ਗੜੀਏ ਦੀ ਵੀ ਤੇ ਗੱਲ ਵਰਗੇ ਨੇ ਵੱਡੀ ਹੁੰਦੀ ਆ ਆਓ ਸਾਹਮਣੇ ਆਓ ਕਹਿੰਦੇ ਗਗਨ ਬਲ ਕਨੇਡਾ ਇਸ ਬਲ ਤੋਂ ਖੁਸ਼ ਹੋ ਕੇ
200 ਦੇ ਵੱਡੇ ਮਾਨ ਸਨਮਾਨ ਹੈ ਰਵੀ ਦੇ ਲਈ, ਹਾਓ ਰਵੀ ਬਹਾਦਰ ਗੜੀਏ ਦੇ ਲਈ 200 ਦੇ ਵੱਡੇ ਮਾਨ ਸਨਮਾਨ, ਹਾਓ ਜਿਹੜੇ ਗਗਨ ਬੱਲ, ਹਾਓ ਸਾਡਾ ਵੀਰ ਬੈਠਾ ਕੈਨੇਡਾ ਦੇ ਵਿੱਚ, ਵੱਡੇ ਮਾਨ ਸਨਮਾਨ ਕਰਦਾ ਰਵੀ ਬਹਾਦਰ ਗੜੀਏ ਤੇ, ਉਧਰ ਦੇਖਾਂਗੇ ਸਰਵਿਸ ਜਿਹੜੀ ਫੇਰ, ਹਾਓ ਕਰਤੀ ਮੁੰਡਿਆਂ ਨੇ ਲੈ ਵੀ ਤਿਆਰੀ ਤਿਆਰੀ ਫੜਦਾ ਬਹਾਦਰ ਗੜੀਆ, ਅੱਜ ਨਵਾਬ ਵੀ ਤੇਰਾ ਯਾਰ, ਹਾਓ ਫਿੱਟ ਜਾਪਦਾ ਕਹਿੰਦੇ ਭਰਾਵਾਂ ਨੂੰ ਵੱਧ ਕੇ ਪਿਆਰ ਹੈ ਵੱਡੀਆਂ ਯਾਰੀਆਂ, ਹਾਓ ਸੀਨੂ ਇੱਕ ਪੈਨ ਲੈ ਕੇ ਦਿਓ ਬਾਈ ਪੈਨ, ਵੱਡੀਆਂ ਯਾਰੀਆਂ ਕਹਿੰਦੇ ਆਪਾਂ ਉਧਰ ਤੱਕਾਂਗੇ ਖੇਡਦੇ ਮੈਦਾਨ ਦੇ ਅੰਦਰ, ਹਾਓ ਬਹਾਦਰ ਗੜੀਆ ਬਹਾਦਰ ਗੜੀਆ ਸਰਵਿਸ ਕਰਨ ਦੇ ਲਈ ਕਹਿੰਦੇ ਖੇਡ ਮੈਦਾਨ ਦੇ ਅੰਦਰ, ਹਾਓ ਸਾਹਮਣੇ ਕਹਿੰਦੇ ਤਿਆਰ ਬਰ ਤਿਆਰ ਹੈ, ਇਹਨ ਕਹਿੰਦੇ ਵੱਡੀਆਂ ਯਾਰੀਆਂ ਪਰ ਅੱਜ ਸੱਜਰੇ ਸ਼ਰੀਕ ਬਣੇ ਖੜੇ ਹੈ, ਅੱਜ ਕਹਿੰਦੇ ਆਪਣੋ ਸਾਹਮਣੇ ਹੋਏ ਖੜੇ ਹੈ, ਇੱਕ ਪਾਸੇ ਨਵਾਬ ਹੈ ਦੂਜੇ ਪਾਸੇ ਰਵੀ ਬਹਾਦਰ ਗੜੀਆ, ਪਰ ਅਮਨੋ ਸਾਹਮਣੇ ਖੜ ਗਿਆ, ਉਧਰ ਦੇਖਾਂਗੇ ਸਾਹਮਣੇ ਖੇਡਦੇ ਮੈਦਾਨ ਦੇ ਅੰਦਰ, ਹਾਓ ਫੇਰ ਕਹਿੰਦੇ ਬੱਲੇ ਬੱਲੇ ਹੈ ਲੈ ਵੀ ਚੱਕ ਲੰਬਰਦਾਰਾ ਮੈਕ ਤੇ ਕਰ ਮੁੰਡਿਆਂ ਦੀ ਗੱਲਬਾਤ, ਹਾਓ ਸਾਹਮਣੇ ਕਹਿੰਦੇ ਕਮਾਨ ਕਹਿੰਦੇ ਹੋਈ ਪਈ ਹੈ, ਦੁਨੀਆਂ ਦਰਾਲ ਹੋਈ ਪਈ ਹੈ ਮੇਰੇ ਵੀਰੋ, ਚਰਚੇ ਕਰਵਾ ਦਿੱਤੇ ਮੁੰਡਿਆਂ ਨੇ ਖੇਡ ਦੇ ਮੈਦਾਨ ਵਿੱਚ, ਹਾਓ ਬੱਲੇ ਬੱਲੇ ਕਹਿੰਦੇ ਹੋ ਗਈ ਹੈ ਮੇਰੇ ਵੀਰੋ, ਲੈ ਵੀ ਜ਼ੋਰ ਲੱਗਿਆ ਹੋਇਆ ਸੀਨੂ ਦੇ ਪੱਬਾਂ ਨੇ ਹੋ ਕੇ ਬਹਿ ਗਿਆ, ਲੈ ਵੀ ਸੀਨੂ ਦੇ ਪੱਬਾਂ ਨੇ ਹੋ ਕੇ ਬਹਿ ਗਿਆ, ਸੀਨੂ ਨੇ ਵੀ ਤਿਲ ਨਹੀਂ ਲੱਗਦਾ ਵੀ ਆਹ ਕੀ ਬਣਦਾ ਜਾਂਦਾ, ਚਰਚੇ ਦੇ ਹੋਣਗੇ ਵੱਡੇ, ਹਰ ਨੰਬਰ ਫਿਰ ਕੌਣ ਦੇ ਦੇਗਾ, ਲੈ ਵੀ ਨੰਬਰ ਇੱਧਰ ਖੋਰ ਇੱਧਰ ਨੰਬਰ ਕਰੀਏ ਦੌੜ ਕੇ, ਲੈ ਵੀ ਸੁਣ ਵੀਰ ਨਾ ਹੋਣਾ ਇੱਧਰ ਇੱਧਰ ਤਿੰਨ ਪ੍ਰਧਾਨ ਗਲਤੀ ਕਰ ਗਿਆ ਖੇਡ ਦੇ ਮੈਦਾਨ ਵਿੱਚ, ਹਾਓ ਮੇਰੇ ਮਿੱਤਰ ਤੁਹਾਡੇ ਆਪਣੇ ਪਿੰਡ ਦਾ ਮੇਲਾ ਤੇ ਚਰਚੇ ਕਹਿੰਦੇ ਹੋ ਜਾਣੇ ਲੈ ਵੀ ਅੰਕਿਤ, ਹੱਲ ਕਰੀ ਆਉਂਦਾ ਸੀ ਦੋ ਸਾਈਡਾਂ ਵੀ ਚੇਂਜ ਕਰ ਗਏ ਇੱਧਰ ਦੇ ਵੱਡੀ ਲੀਡ ਦੇ ਨਾਲ, ਪਰ ਇੱਧਰ ਕਹਿੰਦੇ ਤਰਵੀਨ ਹੋਣੀ ਆ, ਅੱਜ ਕਹਿੰਦੇ ਰੇਂਜਰ ਸਾਈਕਲ ਵੀ ਦਿੱਤੇ ਗਏ ਮੁੰਡਿਆਂ ਨੂੰ ਤੇ ਕਹਿੰਦੇ ਪੈਸੇ ਵੀ ਬੜੇ ਲੱਗੇ ਨੇ ਤੇ ਨੰਬਰ ਹੁਣ ਕੌਣ ਦੇ ਦੂ ਅਗਲਾ ਇਹਦੇ ਸਮਾਂ ਦੱਸੂਗਾ, ਹਾਓ ਬਹਾਦਰ ਵਧੀਆ ਕਹਿੰਦੇ ਰਵੀ ਅੱਜ ਦੇ ਵੱਡੇ ਮੇਲੇ ਦਾ ਕਹਿੰਦੇ ਸ਼ਿਕਾਰ ਬਣਿਆ ਹੋਇਆ, ਰਵੀ ਲਈ ਹੈ ਕੋਈ ਤਾੜੀ ਤੂੜੀ ਦੇ ਮਾਰ ਲੈ, ਹਾਓ ਬਹਾਦਰ ਵਧੀਆ ਕਹਿੰਦੇ ਯਾਰ ਰਵੀ ਮੇਰੇ ਵੀਰੋ, ਲੈ ਵੀ ਇੱਧਰ ਦੇ ਹੋ ਗਈਆਂ ਸਾਡੇ ਪੇੜ, ਹਾਓ ਲੈ ਕੇ ਕਹਿੰਦੇ ਬਹਾਦਰ ਗੜੀਆ ਬਹਾਦਰ ਗੜੀਆ ਮੇਰੇ ਵੀਰੋ, ਅਸੀਂ ਤੇ ਆਇਆ ਹੋਇਆ ਅੱਜ, ਹੁਣ ਦੁਨੀਆਂ ਨੇ ਤਾੜੀ ਮਾਰੀ ਹੈ, ਹੁਣ ਮਾੜੀ ਮੋਟੀ ਮੈਨੂੰ ਲੱਗਦਾ ਵੀ ਸਮਝ ਆਉਣ ਲੱਗੀ ਹੈ ਸਾਡੀ ਵੀ ਤਾੜੀ ਕਿਹਨੂੰ ਕਹਿੰਦੇ ਆ ਮੁੰਡੇ, ਉਧਰਲੇ ਪਾਸੇ ਹਾਓ ਦੇਖਦੇ ਆ ਖੇਡਦੇ ਮੈਦਾਨ ਦੇ ਅੰਦਰ, ਬੱਲੇ ਬੱਲੇ ਕਿਹੜਾ ਚੋਬਰ ਕਰਾਉਂਦਾ, ਹਾਓ ਕਿਹੜਾ ਹਾਓ ਚੋਬਰ ਬੱਲੇ ਬੱਲੇ ਕਰਾਉਂਦਾ ਖੇਡਦੇ ਮੈਦਾਨ ਦੇ ਅੰਦਰ, ਸਾਹਮਣੇ ਤੱਕਾਂਗੇ ਹਾਓ ਬਹਾਦਰ ਗੜੀਆ ਬਹਾਦਰ ਗੜੀਆ ਡਿੰਮੀ ਖੰਗੂੜਾ ਯੂਐਸ
ਕਨੂਰਾ ਸਾਡਾ ਵੀਰ ਯੂਐਸਏ ਵਾਲਾ ਕਹਿੰਦੇ ਵਿਸ਼ੇਸ਼ ਤੌਰ ਤੇ ਲਾਈਵ ਜੁੜ ਗਿਆ, ਉਹਦੇ ਵੀ ਵੱਡੇ ਧੰਨਵਾਦੀਆਂ। ਕਮਾਲ ਕੀਤੀ ਬੱਲੇ ਅੱਜ ਤੇ ਨੂਰ ਦੇ ਵਿੱਚ ਹੋਏ ਮੁੜੇ ਅੱਜ 500 ਭੇੜ ਗਏ ਰਵੀ ਲੱਗੇ ਨੂਰ ਵਿੱਚ ਹੀ ਹੈ ਸਰਵਿਸ ਕਰਨ ਲਈ ਤਾਂ ਕਹਿੰਦੇ ਜੱਸੇ ਨੇ ਵੀ ਹੋ ਕਹਿੰਦੇ ਵਾਸੀ ਵਾਲੇ ਪੱਪਾ ਨੇ ਵਾਸੇ ਪਾਣੀ ਪੀਣਾ ਬੀਪੀ ਨੇ ਪਾਣੀ ਪੂਰੀ ਲਵੀ ਪਾਸ ਤੇ ਤਿੰਨ ਬੜੀ ਵੱਡੀ ਨੇ ਤਾਂ ਕਹਿੰਦੇ ਕਰਨਾ ਹੋਇਆ ਕਹਿੰਦੇ ਲਵੀ ਦੋ ਤਰੀਕ ਨੂੰ ਵੱਡਾ ਸਨਮਾਨ ਕਰਾਂਗੇ ਲਵੀ ਹਰਮਨ ਤੇਰਾ ਜੇ ਦਾ ਬੰਦ ਮੇਲਾ ਚਾਵੇਂ ਨਵਾਬ ਨੇ ਵੀ ਤੇ ਗੱਲਾਂ ਕਹਿੰਦੇ ਹੋਈਆਂ ਨੇ ਆਹ ਨੰਬਰ ਹੁਣ ਕੌਣ ਜੋੜੂ ਏ ਬੱਲੇ 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 ਇੱਥੇ ਰੱਖੋ ਕਮਾਲ ਕਰਤੀ ਹੈ ਹਲੀ ਦੁਨੀਆ ਮੁਲਖੋ ਇੱਧਰ ਕਹਿੰਦੇ ਵਰਿੰਦਰ ਸਾਡਾ ਵੀਰ ਹਉ ਜਾਗਲੀ ਵਾਲਾ ਕਹਿੰਦਾ ਰਵੀ ਜੀ ਦੁੱਖ ਦੀ ਧੌਣ ਦੇ ਵਿੱਚ ਆਓ ਜਦੋਂ ਟੂਰਨਾਮੈਂਟ ਖੇਡਿਆ ਟੂਰਨਾਮੈਂਟ ਵਰਿੰਦਰ ਬਾਈ ਆ ਵੀ ਯਾਦ ਹੀ ਰਹਿਣਾ ਦੁਨੀਆ ਨੂੰ ਵੀਡੀਓ ਕੱਟੀ ਜਾਊ ਮੈਨੂੰ ਲੱਗਦਾ ਨਵੀਂ ਚੌਂਤੀ ਹਵੀ ਵੀਡੀਓ ਕੱਟੀ ਜਾਊ ਸੋਹਣਾ ਵੀਰਾ ਥੋੜੀ ਘੜੀ ਗੱਲ ਯਾਦ ਆਈ ਤਾਂ ਮੁਸਕਰਾਰੇ ਕਿਹੜਾ ਰਵੀ ਇੱਕ ਵਾਰੀ ਮਾੜੀ ਛੁੱਟੀ ਕੋਈ ਗੱਲ ਉਹ ਯਾਦ ਆਈ ਤਾਂ ਵਰਿੰਦਰ ਚਾਂਗਲੀ ਵਾਲਾ ਸਾਡਾ ਵੀਰ ਕਹਿੰਦਾ ਵੀ ਕੇਰਾ ਮਾੜਾ ਜਿਹਾ ਮੁਸਕਰਾਰੇ ਮਗਰ ਦੇਖ ਕੇ ਹੈਲੋ ਲਓ ਉਧਰੋਂ ਨੰਦਾ ਸਾਡਾ ਵੀਰ ਮਟੌਰ ਯੂਐਸਏ ਵਾਲਾ ਉਹ ਕਹਿੰਦਾ ਵੀ ਇਹ ਸੋਠੀ ਜਿੰਨੇ ਵੀ ਨੰਬਰ ਬਾਲ ਮਾਰ ਕੇ ਜੋੜਦਾ ਵੀ ਸੋਠੀ ਹਰ ਇੱਕ ਨੰਬਰ ਜਿਹੜਾ 500 ਲਾਉਣਾ ਸੁਣ ਵੀਰ ਹਉ ਬਾਈ ਨੰਦਾ ਕਹਿੰਦਾ ਵੀ ਕਮਾਲ ਕਹਿੰਦੇ ਵੀ ਪਾਣੀ ਵਾਲੇ ਬਾਬਾ ਜੀ ਇੱਧਰ ਵੀ ਪਾਣੀ ਪੈ ਦੇ ਜੀ ਮੁੰਡਿਆਂ ਨੂੰ ਪਾਣੀ ਵਾਲੇ ਬਾਬਾ ਜੀ ਬੇਨਤੀ ਹੈ ਮੇਰੀ ਉਧਰ ਕਹਿੰਦੇ ਆਓ ਭੱਲੇ ਵਾਹ ਸੋਹਣਿਆ ਯਾਰਾ ਮੁੰਡੇ ਪਿੰਡ ਵਾਲੇ ਕਵੇ ਲੱਗਿਆ ਕੰਮ ਪਿੰਡ ਵਾਲੇ ਨੇ ਇੱਕ ਵਾਰੀ ਤਾੜੀ ਤੁੜੀ ਮਾਰੇ ਮਾਰ ਦੇ ਇੱਕ ਵਾਰ ਜ਼ੋਰਦਾਰ ਲਲਕਾਰਾ ਹਾਂ ਆਹ ਗੱਲ ਬਣਦੀ ਆਓ ਸਾਹਮਣੇ ਕਹਿੰਦੇ ਭਾਬੋ ਕਹਿੰਦੇ ਉੱਥੇ ਨਵਾਬ ਟੇਢਾ ਕਰਤਾ ਕਹਿੰਦੇ ਰਵੀ ਨੇ ਲਵੀ ਸੌਦਾ ਵੀ ਚੇਂਜ ਹੋ ਗਿਆ ਮੈਨੂੰ ਲੱਗਦਾ ਸੌਦਾ ਵੀ ਨੌ ਚਾਰ ਪੰਜ ਨੌ ਚਾਰ ਪੰਜ ਜੀ ਚਾਰ ਨੌ ਚਾਰ ਰੁਪਇਆ ਰੁਪਇਆ
21 ਦੇ ਕੇ ਵੱਡਾ ਮਾਨ ਕਰਾਂਗੇ। ਫਸਟ ਢਿੱਲੋਂ ਵੀਰੇ ਦੂਜਾ ਸੈਮੀ ਉਧਰ ਚੱਲੀ ਜਾਂਦਾ ਜੌਂਟੀ ਖੇਡਦਾ ਆਨੰਦਗੜ੍ਹ ਚ ਹਾਰਸ ਬਾਸੀ ਨਾਲ ਦੱਸੋ ਵੀ ਜੌਂਟੀ ਦੀ ਲੀਡ ਉਧਰੋਂ ਕਹਿਣ ਦਾ ਮਤਲਬ ਦੂਜੇ ਸੈਮੀ ਚ ਲਾਵੀ ਜੌਂਟੀ ਦੇ ਤਰੇ ਨੰਬਰ ਮੰਡੇ ਹੋਰ ਜੋੜ ਗਏ ਨਾ ਫਿਰ ਇਹਨਾਂ ਨੇ ਗੱਲ ਫਿਰ ਹੋਰ ਬਣਾ ਦੇਣੀ ਆ ਸੋਹਣਿਆ ਵੀਰਾ ਹਾਂ ਇੱਥੇ ਚੇਨ ਕਰਕੇ ਦਿੱਤਣਾ ਪੈਣਾ ਜੇਕਰ ਜਿੱਤਣਾ ਤੇ ਗੱਲਾਂ ਹੋਣਗੀਆਂ ਲਓ ਸਾਹਮਣੇ ਵਾਲੇ ਵੀਰੇ ਸੱਤ ਦੇ ਕਹਿੰਦੇ ਦਸ ਦੀ ਟੱਕਰ ਮਰਦੈੜੀ ਵਾਲੇ ਆ ਤੇਰਾ ਖੋੜ ਕੇ ਨਹੀਂ ਖੋਲਦਾ ਪੈਣ ਗਿਆ ਗੱਲਾਂ ਦੇ ਹੋਰ ਹੀ ਹੋਣਗੀਆਂ ਹਾਂ ਬਾਲਾਂ ਦੇ ਲਾਉਣੀਆਂ ਪੈਣਗੀਆਂ ਬਾਈ ਤੇਜਿੰਦਰ ਮਹਿਲ ਖੁਰਦ ਆਸਟ੍ਰੇਲੀਆ ਵਾਲੀ ਜਤਿੰਦਰ ਤੇਜਿੰਦਰ ਲੈ ਵੀ ਉਧਰ ਤੇਜਿੰਦਰ ਵੀਰ ਸਾਡਾ ਮਹਿਲ ਖੁਰਦ ਵਾਲਾ ਕਹਿੰਦੇ ਆਸਟ੍ਰੇਲੀਆ ਤੋਂ ਲਾਈਵ ਜੁੜ ਗਿਆ ਸਾਡਾ ਵੀਰ ਕਹਿੰਦੇ ਬਹੁਤ ਵੱਡੇ ਧੰਨਵਾਦੀਆਂ ਭਰਾ ਦੇ ਹਾਂਜੀ ਹਾਂਜੀ ਨਵਾਬ ਮੈਨੂੰ ਲੱਗਦਾ ਤੇਰੇ ਹੱਥ ਸਕੂਟਰ ਦੀ ਲੈਟ ਵਰਗੇ ਕਰਤੇ ਲਾਲ ਕਰਤੇ ਲਾਲ ਭਵੇ ਚੈੱਕ ਕਰ ਲਿਓ ਲਾਲ ਕਰਤੇ ਸਕੂਟਰ ਦੀ ਲੈਟ ਵਾਂਗੂ ਰਵੀ ਲਈ 200 ਗਗਨ ਵੀਰੇ ਦੁਬਾਰਾ ਦੱਸਿਓ ਜੀ ਤੇ ਪੁਰਾਣਾ ਕਮੈਂਟ ਵੀ ਕਈ ਵਾਰ 100 ਹੋ ਜਾਂਦਾ ਹੋਰ ਦੇਣੇ ਆ ਰਵੀ ਨੂੰ 200 ਜ਼ਰੂਰ ਦੱਸਿਓ ਗਗਨ ਬਾਈ ਗੱਲਾਂ ਦੇ ਕਿਤੇ ਹੋਣ ਗਿਆ ਆਹ ਸਮੇਂ ਦੀ ਗੱਲ ਹੈ ਚਰਲੇ ਤੇ ਆਹ ਨੰਬਰ ਜੋੜ ਲਈ ਮੁੰਡੇ ਕਹਿੰਦੇ ਫੇਰ ਜੇ ਤਿਆਰ ਵਰ ਤਿਆਰ ਆਪਣੇ ਬਟਸਿਕਰੀ ਵਾਲੇ ਨੇ ਦੱਸ ਦਿੱਤੇ ਮੇਰੇ ਵੀਰੇ ਅੱਜ ਪਰ ਕਹਿੰਦੇ ਮਰਦੇੜੀ ਵਾਲੇ ਮੁੰਡੇ ਨਾ ਪਤਾ ਕੁਛ ਨੀ ਇੱਥੇ ਵੀ ਹੱਲ ਗਏ ਤੇ ਗੱਲਾਂ ਲਾਉਣਗੇ ਟਕਾਣੇ ਆਹ ਕਹਿੰਦੇ ਨੰਦ ਗੱਡੀਆਂ ਦੱਸਿਆ ਕਰ ਗਏ ਕਮਾਲ ਦਸ ਤੇ ਅੱਠ ਇੱਧਰ ਦਸ ਤੇ ਅੱਠ ਨੰਬਰ ਦੋਵਾਂ ਦਾ ਫਰਕ ਹੈ 200 ਰੁਪਏ ਰਵੀ ਦੀ ਗੱਲ ਪੈਣਾ ਉਹ ਬਾਦਰ ਗੜੀਆ ਰਵੀ ਬਹਾਦਰ ਗੜੀਆ ਜਿਹੜੀ ਨਵਾਬ ਤੇ ਬਾਦਰ ਰਵੀ ਕਿਹੜੇ ਕਮਾਲ ਕਰ ਗਿਆ ਹਾਂ ਹਾਂ ਓਕੇ ਓਕੇ ਗਗਨ ਵੀਰੇ ਉਧਰ ਕਹਿੰਦੇ ਗਗਨ ਬੱਲ ਰਵੀ ਜੀ ਕਹਿੰਦੇ ਪਿਛਲੀ ਬਾਲ ਤੋਂ ਖੁਸ਼ ਹੋ ਕੇ 200 ਦੇ ਕਹਿੰਦੇ ਫਿਰ ਵੱਡੇ ਮਾਨ ਸਨਮਾਨ ਆ ਰਹੇ ਬਹੁਤ ਵੱਡੇ ਧੰਨਵਾਦੀਆਂ ਰਵੀ ਲਈ ਕਹਿੰਦੇ ਵੱਡੇ ਧੰਨਵਾਦੀਆਂ ਉਧਰ ਗਗਨ ਸਾਡਾ ਵੀਰ ਕਹਿੰਦੇ ਵੱਡੇ ਮਾਨ ਸਨਮਾਨ ਭੇਜ ਰਿਹਾ ਕਹਿੰਦੇ ਬੈਠਾ ਕਨੇਡਾ ਦੀ ਧਰਤੀ ਤੇ ਗਗਨ ਬੱਲ ਸਾਡਾ ਵੀਰ ਰਵੀ ਦੇ ਲਈ 200 ਦੇ ਵੱਡੇ ਮਾਨ ਸਨਮਾਨ ਆ ਗਿਆ ਰਵੀ ਬਹਾਦਰ ਗੜੀਆ ਜਿਹੜੀ ਬਾਲ ਕਹਿੰਦੇ ਉਹ ਨਵਾਬ ਤੇ ਲਾਈ ਸੀਗੀ ਉਸ ਬਾਲ ਦੇ ਕਹਿੰਦੇ ਆਹ 200 ਦੇ ਵੱਡੇ ਮਾਨ ਸਨਮਾਨ ਆ ਗਿਆ ਲੈ ਵੀ ਨਵਾਬ ਤਿਆਰੀ ਫੜ ਲੈ ਮੁੰਡਿਆ ਇੱਕ ਅੱਧੀ ਆਪਣੇ ਵੀ ਲਾ ਦੇ ਹਉ ਕਰਦੇ ਸਕੂਟਰ ਦੀ ਲੈਟ ਵਾਂਗੂ ਲਾਲ ਜਗਾਰੇ ਪੱਤੀ ਲਾਲ ਟੈਲ ਵਾਂਗੂ ਕਰਦੇ ਬੱਲੇ ਬੱਲੇ ਨਾਮ ਆਪਣਾ ਵੀ ਵੱਡਾ ਹੈ ਬੋਲਬਾਲਾ ਆਪਣਾ ਵੀ ਵੱਡਾ ਹੈ ਚਰਚੇ ਹੁੰਦੇ ਆ ਵੱਡੇ ਵੱਡੇ ਮੇਲਿਆਂ ਤੇ ਹਉ ਨਵਾਬ ਕਹਿੰਦੇ ਮਹਿਲ ਖੁਰਦ ਵਾਲਾ ਹਉ ਕਰਾਉਂਦਾ ਚਰਚੇ ਮੇਰੇ ਵੀਰੋ ਸਾਹਮਣੇ ਤੱਕਾਂਗੇ ਹਉ ਖੇਡਦੇ ਮੈਦਾਨ ਅੰਦਰ ਹਉ ਜੋਰ ਪੂਰਾ ਲੱਗਿਆ ਚੋਪੜਾ ਦਾ ਬੱਲੇ 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 ਕਰਾ ਰਹੇ ਵੀਰ
ਦੇਖਾਂਗੇ ਕਿਹੜੀ ਟੀਮ ਹਾਊ ਫਾਈਨਲ ਦੇ ਵਿੱਚ ਪਹੁੰਚਦੀ ਹੈ ਤੇ ਕਿਹੜੀ ਟੀਮ 5100 ਦੇ ਹੱਕ ਦਾ ਰੁੱਧੀ ਹੈ। ਇਹ ਫੈਸਲੇ ਜਿਹੜੇ ਹਾਊ ਥੋੜੇ ਸਮੇਂ ਤੋਂ ਬਾਅਦ ਹੋ ਜਾਣੇ ਆ ਮੇਰੇ ਵੀਰੋ। ਲੈ ਵੀ ਲੰਬਰਦਾਰ ਵੀਰ ਚੱਕ ਮੈਕ ਤੇ ਕਰ ਮੁੰਡਿਆਂ ਦੀ ਗੱਲਬਾਤ। ਹਾਊ ਸਭਰ ਕਹਿੰਦੇ ਕਰਵਾ ਦੋ ਸਰ ਆ ਗਏ ਮੁੰਡੇ ਚਰਚੇ ਕਰਵਾ ਗਏ ਆ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਦੁਨੀਆਂ ਨੇ ਜਾ ਗਏ ਆ। ਹਾਊ ਬੱਲੇ ਬੱਲੇ ਕਹਿੰਦੇ ਹੋਈ ਪਈ ਆ ਪਰ ਇੱਧਰ ਮੁੰਡੇ ਯੂਪੀ ਵਾਲੇ ਕਿਸੇ ਗੱਲੋਂ ਘੱਟ ਨੀ ਨੰਦਗੜੀਆਂ ਨੂੰ ਦੱਸੀ ਤਰੇ ਆਉਂਦੇ ਆ ਵੀ ਖੇਡੀ ਦਾ ਕਿਵੇਂ ਆ। ਹਾਊ ਮੁੰਡੇ ਕਹਿੰਦੇ ਦੱਸੀ ਤਰੇ ਆਉਂਦੇ ਹਾਊ ਪਰ ਬਈ ਵਾਲੀ ਇਹਦਾ ਕਹਿੰਦੇ ਤਜਰਬਾ ਬੋਲਦਾ ਮਿਲ ਰਿਹਾ ਲੈ ਵੀ ਦੱਸ ਇੱਥੀ ਆ ਦਸ ਤੇ 800 ਰੁਪਏ ਚੇਨਾ ਦਸਵੇਂ ਤੋਂ ਗਿਆਰਵਾਂ ਦੱਸੇ ਲੱਗਿਆ ਵੀ ਹਦਰ ਤਜਿੰਦਰ ਆਸਟ੍ਰੇਲੀਆ ਸਾਡਾ ਵੀਰ ਕਹਿ ਰਿਹਾ ਵੀ ਨਵਾਬ ਕਿਸੇ ਦੇ ਵੀ ਬਾਲ ਲਾ ਦੇ 500 ਦੇ ਨਾਲ ਵੱਡੇ ਮਾਨ ਤੇ ਸਮਾਨ ਜਿਹੜੇ ਆਪਾਂ ਕਰ ਦੇਣੇ ਆ। ਨਵਾਬ ਸਾਡਾ ਭਰਾ ਜੇ ਕਿਸੇ ਦੇ ਵੀ ਬਾਲ ਲਾਉਂਦਾ ਤੇ 500 ਦੇ ਨਾਲ ਵੱਡੇ ਮਾਨ ਤੇ ਸਮਾਨ ਜਿਹੜੇ ਆਪਾਂ ਕਰ ਦੇਣੇ ਆ। ਉਧਰ ਕਹਿੰਦੇ ਜਵਾਨ ਅੱਜ ਵਾਲੀਬਾਲ ਦਾ ਪੂਰਾ ਵੱਜਿਆ ਹੈ ਗਲਤੀ ਕਰਨ ਨੂੰ ਕੋਈ ਨੀ ਤਿਆਰ ਸਾਰਿਆਂ ਨੂੰ ਪਤਾ ਬਹੁਤ ਵੱਡਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ। ਉਧਰ ਭਾਦਰ ਕਰੀਆ ਕਮਾਲ ਕਰ ਗਿਆ ਹਾਊ ਭਾਦਰ ਗੜੀਆ ਇੱਧਰ ਕਮਾਲ ਕਰੀ ਆਉਂਦਾ ਇੱਧਰ ਚੋਟੀ ਫੇਟਾ ਤੇ ਗੱਲਾਂ ਕਹਿੰਦੇ ਬਰਾਬਰ ਦੀਆਂ ਨੇ। ਹਾਊ ਬੱਲੇ 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 ਵਾਹ ਸੋਹਣਿਆ ਨੰਬਰ ਫੜ ਪਰਦਾਨੀ ਵਾਲੇ ਮੁੰਡੇ ਜਿੱਤੇ ਆ ਤੇ ਗਗਨ ਬੱਲ ਸਾਡਾ ਵੀਰ ਕਹਿ ਰਿਹਾ ਕਨੇਡਾ ਵਾਲਾ 2100 ਦੇ ਨਾਲ ਵੱਡੇ ਮਾਨ ਸਮਾਨ ਕਰ ਜਾਂਗੇ ਅੰਗਰੇਜ਼ ਵਰਗੇ ਭਰਾਵਾਂ ਦੇ। ਅੱਜ ਜੇ ਫਾਈਨਲ ਜਿੱਤਦੀ ਹੈ ਆਹੀ ਮੈਚ ਜਿੱਤੇ ਫਾਈਨਲ ਖੇਡਦੀ ਹੈ ਅਸੀਂ ਕਹਿ ਸਕਦੇ ਹਾਂ ਵੀ ਆਪਾਂ ਫਾਈਨਲ ਖੇਡਦੀ ਹੈ ਤੇ 2100 ਦੇ ਨਾਲ ਵੱਡੇ ਮਾਨ ਆਓ ਸਮਾਨ ਜਿਹੜੇ ਆਪਾਂ ਕਰ ਦੇਣੇ ਆ। ਆਓ ਬਾਲਾਂ ਕਰ ਰਹੀਆਂ ਭਾਦਰ ਗੜੀਆਂ ਦੇ ਉੱਤੇ ਮਾਰੀ ਤੇਰੇ ਮਾਦਾ ਚਰਚੇ ਫਿਰਦੇ ਆ ਆਓ ਕਿਵੇਂ ਕਮਾਲ ਕਰੀ ਤੁਰੇ ਆਉਂਦੇ ਮੇਰੇ ਵੀਰੇ ਪਰ ਲਾਵੇ ਹੁਣ ਕੋਈ ਹੱਲ ਇਹਦਾ ਕਰਦੇ ਅੰਗਰੇਜ਼ ਚਰਚੇ ਹੋ ਜਾਣਗੇ ਸੋਹਣੇ ਵੀਰਾ। ਕਮਾਲ ਹੋਈ ਪਈ ਲੈ ਵੀ ਇੱਧਰ ਅੱਠ ਗਿਰ ਅੱਜ ਤਾਂ ਕਹਿੰਦੇ ਕਵਿੰਦਾ ਕੇ ਵੱਡੇ ਮਨ ਕਰਾਂਗੇ ਨੰਦਾ ਸਾਡਾ ਵੀਰ ਹੈ ਕਹਿੰਦੇ ਯੂਐਸ ਵਾਲਾ ਹਾਊ ਨੰਦਾ ਕਹਿੰਦੇ ਵੀਰ ਹੈ ਸਾਡਾ ਯੂਐਸ ਵਾਲਾ ਉਹ ਕਹਿੰਦੇ ਵੀ ਜੇ ਸਾਹਿਲ ਤੇਰਾਂ ਚਾਰ ਨਾਲ ਲੀਡ ਆ ਰਵੀ ਦੀ ਜੀ ਲੀਡ ਨਵੀਂ 9-11 ਹੋ ਗਏ ਬਾਈ ਇੱਧਰ ਓਕੇ ਓਕੇ ਗਗਨ ਬਾਈ
ਕਿੱਧਰ ਗਿਆ ਕਮੈਂਟਰੀ ਵਾਲਾ ਮੁੰਡਾ? ਓਕੇ ਓਕੇ ਗਗਨ ਵੀਰੇ ਲਓ ਸਾਹਮਣੇ, ਕਹਿੰਦੇ ਬੱਲੇ ਬੱਲੇ ਹੋਈ ਪਈ ਆ ਮੇਰੇ ਮਿੱਤਰੋ, ਹਾ ਮੁੰਡਿਆਂ ਨੇ ਕਹਿੰਦੇ ਕਮਾਲ ਕਰੀ ਪਈ ਆ, ਉਹ ਬੱਲੇ ਚੜਦੇ ਵੱਡੇ ਆ ਖੇਡਦੇ ਮੈਦਾਨ ਦੇ ਵਿੱਚ, ਠੀਕ ਹੈ ਜੀ। ਇਧਰ ਚੱਲਦੇ ਮੈਚ ਨੂੰ ਜੇ ਨਵਾਬ ਜਿਤਾਉਂਦਾ ਹੈ ਤੇ ਗਗਨ ਬੱਲ ਸਾਡਾ ਵੀਰ ਕਹਿ ਰਿਹਾ ਕੈਨੇਡਾ ਵਾਲਾ ਵੱਡੇ ਮਾਨ ਸਨਮਾਨ ਕਰ ਦਿਆਂਗੇ ਨਵਾਬ ਦੇ ਕੱਲੇ ਦੇ 11,000 ਦੇ ਨਾਲ। ਵਾਹ ਜੀ ਵਾਹ, ਗਗਨ ਬੱਲ ਹਲਵਾਰੇ ਵਾਲਾ ਵੀਰ ਹੈ ਸਾਡਾ, ਗਗਨ ਬੱਲ ਹਲਵਾਰਾ ਕੈਨੇਡਾ ਚੱਲਦਾ ਹੋਇਆ ਮੈਚ ਜਿਤਾ ਰਹੇ ਤੇ ਆਪਾਂ 11,000 ਰੁਪਏ ਦੇ ਕੇ ਵੱਡਾ ਜਿਹੜਾ ਮਾਣ ਕਰਾਂਗੇ ਨਵਾਬ ਦਾ। ਆਹ ਗੱਲਾਂ ਕਹਿੰਦੇ ਹੋਣਗੀਆਂ ਮੇਰੇ ਮਿੱਤਰੋ ਅੰਕਿਤ ਆ ਚੜਦੇ ਵੱਡੇ ਆ ਮੁੰਡਾ, ਕਹਿੰਦੇ ਬਰਸਿਕਰੀ ਵਾਲਾ ਸਿਰਾ ਕਰਵਾ ਗਿਆ, ਆਹ ਬਰਸਿਕਰੀ ਵਾਲਿਆਂ ਨੇ ਤੇ ਅੱਜ ਕਹਿੰਦੇ ਬਹਿਰਾ ਕਰਵਾਤੀ ਹੈ ਮੇਰੇ ਵੀਰੋ, ਪ੍ਰਬੰਧਾਂ ਨੇ ਵੀ ਕਹਿੰਦੇ ਚੁੱਪ ਕਹਿੰਦੇ ਹੋਏ ਮੁੰਡਿਆਂ ਨੇ, ਆਹ ਲੰਗਰ ਪਾਣੀ ਰੋਟੀ ਦਾ ਕਹਿੰਦੇ ਬੜਾ ਟਾਪ ਰਿਹਾ ਕਹਿੰਦੇ ਪ੍ਰਬੰਧ ਕੀਤਾ ਹੋਇਆ। ਲਓ ਸਾਹਮਣੇ ਇੱਧਰ ਵੀ ਆਹ ਗੱਲਾਂ ਕਹਿੰਦੇ ਹੋਣਗੀਆਂ, ਆਹ ਨੰਬਰ ਫੜਕਾਉਣ ਦੇਣਦਾ ਆਪਣੀ ਟੀਮ ਦੇ ਲਈ, ਆਹ ਮੇਰੇ ਮਿੱਤਰ ਬਣੀਆਂ ਦਿਆਲ ਹੈ ਖੇਡ ਮਹਾਨ ਖੇਡ ਕਹਿੰਦੇ ਵਾਲੀਬਾਲ ਦੇ ਚਰਚੇ ਹੋਏ ਪਏ, ਆਹ ਬੱਲੇ 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 ਸਾਬੀ ਤੇਰੇ ਆਉਂਦੇ ਅੰਗਰੇਜ਼ ਜਿੱਦਾਂ ਦੇ ਤੇਰੇ ਰਿਕਾਰਡ ਬੋਲਦੇ ਆ ਸੋਹਣਿਆ ਵੀਰਾ। ਸਕੂਟਰ ਵਾਂਗੂ ਹੱਥ ਲਾਲ ਕਰਨ ਨੂੰ ਫਿਰਦਾ, ਸਕੂਟਰ ਵਾਲੀ ਲੈਟ ਵਾਂਗੂ ਇਹ ਵੀ ਤਿਆਰੀ ਫੜ ਗਿਆ ਨਵਾਬ ਵੀ, ਬਲ ਬਹੁਤ ਡਿਫੈਂਸ ਵੀ ਬਹੁਤ ਤਕੜਾ ਕੀਤਾ ਮੁੰਡਿਆਂ ਨੇ, ਬੱਲੇ ਬੱਲੇ ਕਢਾਈ ਹੈ ਖੇਡਦੇ ਮੈਦਾਨ ਦੇ ਅੰਦਰ, ਪਰ ਸਰਵਿਸ ਜਿਹੜੀ ਚੇਂਜ ਹੋ ਗਈ ਹੈ, ਪਰ ਦੇਖਾਂਗੇ ਪੁਆਇੰਟ ਜੁੜਦਾ ਹੈ ਜਾਂ ਫਿਰ ਸਰਵਿਸ ਜਿਹੜੀ ਫੇਰ ਮੁੰਡੇ ਚੇਂਜ ਕਰਾ ਲੈਂਦੇ ਹੈ। ਉਧਰ ਫੈਸਲੇ ਹਾਓ ਜਿਹੜੇ ਹੋਣਗੇ, ਲੈ ਵੀ ਮੁੰਡਿਆ ਤਿਆਰੀ ਫੜਦਾ ਵੱਡੇ ਮਾਨ ਕਰਦਾ ਗਗਨ ਬੱਲ, ਕਹਿੰਦਾ ਵੀ 11,000 ਦੇ ਨਾਲ ਵੱਡੇ ਮਾਨ ਸਨਮਾਨ ਕਰ ਦਿਆਂਗੇ ਜੇ ਨਵਾਬ ਅੱਜ ਮੈਚ ਜਿਤਾਉਂਦਾ ਫਾਈਨਲ ਖੇਡਦਾ ਹੈ ਤਾਂ 11,000 ਦੇ ਨਾਲ ਵੱਡੇ ਮਾਨ ਸਨਮਾਨ ਕਰ ਦਿਆਂਗੇ। ਉਧਰ ਗਲਤੀ ਕਰ ਗਿਆ ਮੁੰਡਾ ਥਰਡ ਮੈਨ, ਕੀਤੀਆਂ ਗਲਤੀਆਂ ਆਓ ਬੜੀਆਂ ਭਾਰੀ ਪੈਣਗੀਆਂ ਮੈਚ ਦੇ ਵਿੱਚ। ਲੈ ਵੀ ਲੰਬੜਦਾਰਾ ਚੱਕ ਮੈਕ ਤੇ ਕਰ ਮੁੰਡਿਆਂ ਦੀ ਗੱਲਬਾਤ, ਮੁੰਡੇ ਦੇ ਕਹਿੰਦੇ ਐਨ ਫੇਰੇ ਫਿਰਦੇ ਆ ਜੈਨਗੌਰ ਭਾਈ, ਮੈਂ ਜਿਸ ਕੋ ਜਾਣਤਾ ਨਹੀਂ ਉਸਕੀ ਹੌਸਪੀਟਲ ਨਹੀਂ ਕਰਾਤਾ ਭਾਈ। ਆਓ ਮੇਰੇ ਮਿੱਤਰੋ ਗੱਲਾਂ ਬਾਤਾਂ ਕਰਵਾ ਗਏ ਬੰਦੇ ਸਾਹਮਣੇ, ਨੰਬਰ ਕਹਿੰਦੇ ਖੋਰ ਜਿਹੜੇ ਚੜ ਗਿਆ ਇੱਧਰ ਨੰਦਗੜ ਦੀ ਟੀਮ ਦੇ ਖਾਤੇ ਦੇ ਵਿੱਚ, ਲੈ ਵੀ ਤੇ ਤੇਰਾ ਹੋ ਗਿਆ ਭਾਈ ਇੱਕ ਮਿੰਟ ਭਾਈ ਇੱਧਰ, ਗਗਨ ਬੱਲ ਸਾਡਾ ਵੀਰ ਕਹਿ ਰਿਹਾ ਜੇ ਚੱਲਦਾ ਮੈਚ ਰਵੀ ਜਿੱਤ ਨਵਾਬ ਤਾਂ 31,000 ਕਰ ਦਿਆ। ਲਵੀ ਨਵਾਬ ਤਿਆਰੀ ਫੜ ਗਿਆ, ਨਵਾਬ ਤੇ 31,000 ਲੱਗ ਗਿਆ ਮੇਰੇ ਵੀਰੋ। ਮੁੱਖ ਦੀ ਗੱਲ ਰੋਂਦੇ ਨੇ ਨੋਟਾਂ ਨੇ ਚੱਲਦਾ, ਗਗਨ ਬੱਲ ਹਲਵਾਰੇ ਵੀ 31,000 ਰਹੇ ਨੇ ਵੀ ਜੇ ਕਿਤੇ ਚੱਲਦਾ ਹੋਇਆ ਮੈਚ ਹਮ ਨਵਾਬ ਜਿੱਤਦੇ, ਲਵੀ ਨਵਾਬ ਹਮ ਤਗੜਾ ਹੋ ਗਿਆ
ਹਾਏ ਤਗੜਾ ਹੋ ਜਾ ਇਧਰ ਦੇ ਰੰਗ ਬੰਦੀ ਆਉਂਦਾ ਮੈਨੂੰ ਲੱਗਦਾ ਵੀ ਸਵੇਰੇ ਘੱਟ ਘੱਟ ਹੋਣ ਗਏ ਬਾਕੀ ਉਧਰ ਬੰਦੇ ਮਾਨ ਕਰ ਦਿੱਤੇ ਆ ਵੀ ਚੱਲਦੇ ਮੈਚ ਨੂੰ ਹਾਓ ਚ ਜਿਤਾਉਂਦਾ ਬੱਡਾ ਤੇ 31,000 ਦੇ ਨਾਲ ਵੱਡੇ ਮਾਨ ਸਨਮਾਨ ਕਰ ਦਿਆਂਗੇ ਹਾਓ ਨਵਾਬ ਕਿਹੜੇ ਖੁਰਦ ਵਾਲੇ ਦੇ ਵੱਡੇ ਮਾਨ ਹੋ ਗਏ ਅੱਜ ਕਹਿੰਦੇ ਉਧਰਲੇ ਪਾਸੇ ਦੇਖਾਂਗੇ ਚੱਲਦੇ ਹੋਏ ਮੈਚ ਵਿੱਚ ਪਟਾਕੇ ਪੈ ਰਹੇ ਆ ਕਾਕੇ ਖਹਿ ਰਹੇ ਆ ਪਿੰਡ ਵਾਲੇ ਬੁੱਢੇ ਇੱਕ ਵੱਡੀ ਲੀਡ ਤਿਆਰ ਕਰ ਗਏ ਆ ਪਰ ਲੀਡ ਟੁੱਟ ਵੀ ਸਕਦੀ ਹੈ ਜੇ ਤੂੰ ਤਿਆਰੀ ਫੜ ਕੇ ਨਾ ਲੀਡ ਟੁੱਟ ਵੀ ਸਕਦੀ ਹੈ ਜਦੋਂ ਸਮਾਂ ਹੀ ਦੱਸੂਗਾ ਵੀ ਲੀਡ ਟੁੱਟਦੀ ਜਾਂ ਫਿਰ ਨਹੀਂ ਹੈ ਆਹ ਗੱਲਾਂ ਦੇ ਹੋਣਗੀਆਂ ਵੀ ਸਮਾਂ ਬੜਾ ਬਲਵਾਨ ਸਮੇਂ ਦੀ ਕਦਰ ਕਰੋ ਤੁਰਦਾ ਤੇ ਰਫਤਾਰ ਸਮੇਂ ਦੀ ਨਵਰ ਫੜੋ ਤੇ ਕਦੇ ਹਸਾਉਂਦਾ ਕਦੇ ਰਵਾਉਂਦਾ ਕਿ ਭੇਦ ਸਮੇਂ ਦਾ ਸਮਝ ਨਹੀਂ ਆਉਂਦਾ ਕਿ ਰਾਰੇ ਖੇਲੋ ਤੁਰਨਾ ਪੈਂਦਾ ਕਿ ਅੰਤ ਸਮਾਂ ਦੇ ਸਿਰ ਤੇ ਆਉਂਦਾ ਅੰਤ ਸਮਾਂ ਦੇ ਸਿਰ ਤੇ ਆਉਂਦਾ ਪਰ ਅੱਜ ਦੇ ਕਹਿੰਦੇ ਨਵਾਬ ਨੇ ਵੀ ਬੜੀ ਚੋਟੀ ਦੀ ਖੇਡ ਵਿਖਾਈ ਹੈ ਲਗਭਗ ਪਿਛਲੇ ਜਿੰਨੇ ਕੁ ਵੀ ਮੇਲੇ ਹੋਏ ਤੇ ਜਿੰਨੇ ਵੀ ਟੂਰਨਾਮੈਂਟ ਦੇ ਨਵਾਬ ਖੇਡੇ ਮੇਰੇ ਵੀਰੇ ਤੇ ਬਹੁਤ ਤਗੜਾ ਪ੍ਰਦਰਸ਼ਨ ਕਰਨ ਆ ਰਿਹਾ ਲੈ ਵੀ ਨਵਾਬ ਆ ਹੋਰ ਇਹ ਗੱਲਾਂ ਸੋਹਣੇ ਵੀਰਾ ਆਹ ਕਿਹੜੇ ਚਰਚੇ ਦਿੰਦੇ ਆ ਨਾਲ ਇੱਧਰ ਤੇ ਆਊਗਾ ਜੀ ਉਹ ਬਾਲ ਹੋਏ ਅੰਗਰੇਜ਼ ਵਾਹ ਸੋਹਣਾ ਯਾਰਾ ਕਹਿੰਦੇ ਬਾਹਰੋਂ ਡਿਮਾਂਡ ਕਰੀ ਜਾਂਦੇ ਦਰਸ਼ਕ ਵੀਰ ਤੇਰੇ ਕਹਿੰਦੇ ਫੈਨ ਹੋ ਗਿਆ ਅੰਗਰੇਜ਼ ਨਾਮ ਹੈ ਪਰ ਪਿਆਰ ਨਾਲ ਬਾਹਰੋਂ ਚੀਲ ਚੀਲ ਕਰਕੇ ਬੁਲਾਉਂਦੇ ਆ ਵੀ ਲਾ ਤੂੰ ਵੀ ਸੋਹਣਿਆ ਯਾਰਾ ਇੱਕ ਦੀ ਬਾਲ ਸਵਾਦ ਜਿਹੜਾ ਵੱਧ ਜਾਣਾ ਬਾਲੀਵਾਲ ਦਾ ਲਾ ਸੋਹਣਿਆ ਯਾਰਾ ਇੱਕ ਦੀ ਬਾਲ ਐਨ ਕਹਿੰਦੇ ਅੰਗਰੇਜ਼ ਅੰਗਰੇਜ਼ ਕਰਦਾ ਟਰਾਈ ਖੇਡਦੇ ਮੈਦਾਨ ਦੇ ਅੰਦਰ ਪੁਆਇੰਟ ਆਪਣੀ ਟੀਮ ਦੇ ਲਈ ਤੇ ਸਾਹਮਣੇ ਬਹਾਦਰ ਗੜੀਆ ਹਾਓ ਬਹਾਦਰ ਗੜੀਆ ਮੇਰੇ ਵੀਰੇ ਅੱਜ ਆਈ ਤੇ ਆਇਆ ਹੋਇਆ ਬਹਾਦਰ ਗੜੀਆ ਵੇਰ ਗਿਆ ਅੱਜ ਬਹਾਦਰ ਗੜੀਆ ਹਰਿਆਣੇ ਚ ਆਓ ਆਈ ਤੇ ਆਇਆ ਹੋਇਆ ਮੇਰੇ ਵੀਰੇ ਉੱਧਰ ਵੀ ਦੱਸ ਦਿਓ ਵੀ ਕੀ ਤੋਂ ਕੀ ਬਣੀ ਜਾਂਦਾ ਹਲੇ ਤੇ ਹਲਕੇ ਦੇ ਰੌਲਾ ਰੱਪਾ ਹੀ ਹੋਏ ਬੜੇ ਫੇਰ ਦੱਸਾਂਗੇ ਵੀ ਕਿਆ ਬਣ ਗਿਆ ਚੜਦੇ ਵੱਡੇ ਆ ਇਹ ਬੱਲੇ 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 ਵਾਹ ਸੋਹਣਿਆ ਕਹਿੰਦੇ ਕਮਾਲ ਕਰਤੀ ਆ ਪੱਟੀ ਤੇ ਪਤਾ ਲੱਗੇ ਵੀ ਹਾਂ ਮੁੰਡੇ ਨੇ ਕਮਾਲ ਕਰਤੀ ਆ ਗੁੱਡ ਨਾਈਟ ਜੀ ਰਾਓ ਸਾਹਿਬ ਹਾਂ ਵਾਕਈ ਕਹਿੰਦੇ ਤੋੜ ਇੱਕ ਦੀ ਪੱਟੀ ਤੇ ਦੁਨੀਆਂ ਨੂੰ ਦੱਸ ਵੀ ਕਮਾਲ ਜਿਹੜੀ ਕਰ ਦਿੱਤੀ ਹੈ ਵੀ ਮੈਡੀਕਲ ਨਸ਼ਾ ਦਹੀਂ ਭਾਲੇ ਰਾਤ ਨੂੰ ਥੀਮ ਭਾਲਦੀ ਹੈ ਮਿੱਤਰ ਉਹਦੇ ਰੋੜੀਆਂ ਐਸ ਆਰ ਖਾ ਕੇ ਵੱਜਦੀਆਂ ਮਗਜੋੜੀਆਂ ਭੁੱਕੀ ਖਾ ਕੇ ਬੰਦਾ ਗਾਉਂਦਾ ਰਹੇ ਘੋੜੀਆਂ ਵੀ ਲੈਮੋਟਨ ਰੀਝ ਕਹਿੰਦੇ ਕੰਮ ਤੇ ਲਵਾਉਂਦੀ ਹੈ ਵੀ ਫੈਂਸੀ ਹੁੰਦੀ ਕਹਿੰਦੇ ਆਓ ਕਹਿੰਦੇ ਤੋੜਦਾ ਸਰੀਰ ਨੂੰ ਵੀ ਟੀਕੇ ਲਾ ਕੇ ਕਿੱਥੋਂ ਕੰਮਕਾਰ ਹੁੰਦੇ ਆ ਇੰਟਰ ਨਾ ਗਿਆ ਉਹ ਕਿੰਗਰੇ ਲਵਾਉਂਦੀ ਹੈ ਸ਼ੰਕਰ ਤੇ ਬਾਦਸ਼ਾਹੀ ਨਸ਼ਾ ਭਗਦਾ ਹਾਓ ਦਾਰੂ ਪੀ ਕੇ ਅੰਤਾਂ ਦੀ ਦਲੇਰੀ ਹੁੰਦੀ ਹੈ ਵੀ ਦਾਰੂ ਪੀ ਕੇ ਹਾਓ ਅੰਤਾਂ ਦੀ ਦਲੇਰੀ ਹੁੰਦੀ ਹੈ ਲਾਵੀ ਉਧਰੋਂ ਕਹਿੰਦੇ ਪਾਠਾਂ ਦਾ ਸਰੀਰ ਸਦਾ ਵੀਰ ਉਹ ਲਾਲ ਜਿਹੜਾ ਬੈਠਾ ਹੈ ਕਦੇ ਡਿਫੈਂਸ ਤੇ ਖੇਡਿਆ ਤੇ ਕਹਿੰਦੇ ਬੱਲੇ ਬੱਲੇ ਕਰਵਾ ਕੇ ਰੱਖੀ ਨਾ ਗਰਾਊਂਡਾਂ ਦੇ ਵਿੱਚ ਹਰ ਗੱਲ ਯੂਕੇ ਦੀ ਧਰਤੀ ਤੇ ਰਹਿੰਦਾ ਬਿਲਕੁਲ ਬਿਲਕੁਲ ਬੀਤਾ ਖੇੜੀ ਕਨੇਡਾ ਬਈ ਕਹਿੰਦੇ ਸਿਰਾ ਮੈਚ ਲਵੀ ਨੇ ਮੇਨ ਕੈਮਰਾ ਵੀਰ ਕੀ ਹਿਸਾਬ ਦਾ ਵਾ ਆਏ
ਵਾਲੀ ਆ। ਪ੍ਰਧਾਨ ਜੀ, ਪ੍ਰਧਾਨ ਜੀ, ਕਿਹੜਾ ਰਾਜਪਾਲ ਔਰ ਹੋ ਗਈ ਸੀ ਨਾ ਕਿਤੋਂ ਬਾਹਰੋਂ ਕਮੈਂਟ ਕਰਦੇ ਸੀ ਦਰਸ਼ਕ ਉਹਨਾਂ ਨੇ ਮੈਚ ਛੱਡਤਾ ਹੈ। ਵਾਹ ਉਸ ਮਹਿਤਾ ਬਾਲ ਆਊਟ ਚਲੀ ਗਈ ਆ, ਲੈ ਵੀ ਸੇਟੀ ਇਹਨੂੰ ਨਾ ਗੁੱਟ ਗਈ। ਪ੍ਰਵੀਨ ਹੈ ਚਰਚੇ ਵੱਡੇ, ਅੱਜ ਰੇਂਜਰ ਸਾਈਕਲ ਵੀ ਮਿਲਿਆ, ਚਰਚੇ ਵੱਡੇ ਹੋਣਗੇ ਖੁੱਲੇ ਖੁੱਲੇ ਹੈਗਾ 500 ਤੇ ਗੱਲਾਂ ਜੋ ਹੋਈਆਂ ਨੇ ਬਹਾਦਰ ਗੱਡੀ ਦੇ ਨਾਲ ਵੀ ਰੇਂਜਰ ਸਾਈਕਲ ਦੀਆਂ ਚਰਚੇ ਹੋਣਗੇ ਵੱਡੇ ਮੇਰੇ ਵੀਰੋ। ਖੇਡ ਦੇ ਮੈਦਾਨ ਦੇ ਵਿੱਚ ਹਾਂ ਮੁੰਡਾ ਕਹਿੰਦੇ ਸਮਿਤਾ ਉੱਪਰਲੇ ਵਾਸ ਸੁਣਿਆ ਇੱਥੇ, ਹੁਣ ਆਪਾਂ 200 ਰਵੀ ਨੂੰ ਦੇਣਾ, 200 ਨਵਾਬ ਨੂੰ ਦੇਣਾ, ਉਹ ਤਾਂ 400 ਰਵੀ ਨੂੰ ਦੇਣਾ, ਫਿਰ ਹੋਰ ਲੋੜ ਪਊ 500 ਹੋਰ ਦੇ ਹੈਗਾ ਹੋਰ। ਕੋਈ ਨੀ ਕੋਈ ਉਧਰ ਦੱਕਾਂਗੇ, ਕਹਿੰਦੇ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ, ਇੱਕ ਵਾਰੀ ਸਕੋਰ ਸਾਂਝੇ ਕਰੀਏ ਜੀ, 2 ਨੰਬਰ ਗਰਾਊਂਡ ਦੇ ਸਕੋਰ ਕਰਦੇ ਆ ਪਤਾ ਜੌਨੀ ਕੈਨੇਡਾ ਜੀ, ਦੱਸੋ ਬਈ ਯਾਰ ਸਕੋਰ, ਰੈਫਰੀ ਬਈ ਸਕੋਰ ਦੱਸ ਦਿਓ। 15-6 ਠੀਕ ਹੈ ਜੀ, 15-6 ਨਾਲ ਰਵੀ ਦੀ ਲੀਡ ਆ ਜੀ, 15 ਪੁਆਇੰਟ ਜਿਹੜੇ ਰਵੀ ਭਾਦਰ ਗੱਡੀ ਦੇ ਆਪਾਂ ਕਹਿ ਸਕਦੇ ਆ, 15 ਬੜਸੀਕਰੀ, ਦੂਜੇ ਪਾਸੇ ਕਹਿੰਦੇ 6 ਪੁਆਇੰਟ 6 ਪਰ ਡੈਡੀ ਵੀਰੇ ਲੈਣੀ ਵੱਡੀ ਲੀਡ ਪੱਟਣੀ ਪੈਣੀ ਹੈ ਇੱਥੋਂ ਦੇ ਮੈਚ ਦੇ ਵਿੱਚ ਬਣਨਾ ਹੈ। ਉਧਰੋਂ ਕੀ ਸਕੋਰ ਆ, ਉਧਰ ਦੱਸੀ ਜੀ ਸਕੋਰ, 2 ਨੰਬਰ ਦਾ ਤੇ 1 ਦਾ, 1 ਨੰਬਰ ਦਾ ਬਈ ਨੰਬਰਦਾਰ ਸਕੋਰ ਸਾਂਝੇ ਕਰੀਏ ਬਈ ਯਾਰ, ਜੋਟੀ ਸਕੋਰ, ਜੋਟੀ ਬਈ ਲਾਵੀ ਉਪਰੋਂ ਬੈਠਣ ਸੁਣੀ ਸਾਡਾ ਵੀਰ ਕਹਿੰਦਾ ਜੀ ਨੰਦ ਗੱਡੀ ਮੁੰਡੇ ਆ ਮੈਂ ਦੱਸਣ ਤੇ ਆਪਾਂ 1100 ਦੇ ਵੱਡੇ ਮਾਨ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਵੀਰ ਸਾਡਾ ਕਹਿੰਦੇ ਸੁਣੀ ਹੈ ਬੈਠਣ ਸਕੋਰ ਵੀ ਦੱਸ ਦੀ ਬਈ ਯਾਰ ਲਵਿੰਦਰ ਕਿੰਨੇ ਕਿੰਨੇ ਬਾਈ ਜੀ, 15-9 ਉਧਰੋਂ ਨੰਦਗੜ੍ਹ ਦੀ ਲੀਡ ਆ ਵੀਰੇ, ਜੌਂਟੀ ਦੀ ਲੀਡ ਆ 15-9 ਨਾਲ, ਦੂਜੇ ਸੈਮੀ ਦੀ 15-9 ਨਾਲ ਰਵੀ ਦੀ ਲੀਡ ਹੈ, ਉਹ ਸੌਰੀ ਜੌਂਟੀ ਦੀ ਲੀਡ ਆ ਉਧਰੋਂ, ਉਹ ਬਾਲ ਵੇ ਗੁੱਲੀ ਆ ਲਓ ਸਾਹਮਣੇ ਫਿਰ ਕਹਿੰਦੇ ਬਰਦਾੜੀ ਵਾਲਾ ਗੁੱਲੀ ਫੇਰ ਪੱਟੀ ਤੋੜ ਗਿਆ ਲਵੀ, ਘਰ ਜੌਂਟੀ ਸਰਵਿਸ ਮੇਰਾ ਵੀਰ, ਲਵੀ ਖੜੋ ਮੇਰਾ ਵੀਰ, ਲਵੀ ਨਵੀਂ ਮਗਾਲੇ ਵਾਲਾ ਵੀ ਲਾਈਵ ਜੁੜ ਗਿਆ, ਬਹੁਤ ਵੱਡਾ ਧੰਨਵਾਦ ਹੈ ਲਓ ਸਾਹਮਣੇ ਵੀਰ ਸਾਡਾ, ਕਹਿੰਦੇ ਆ ਮੈਂ ਤੋਂ ਇਹਨਾਂ ਗਰਾਊਂਡਾਂ ਦੀ ਬਾਹਰ ਪਾਉਂਦਾ, ਕਹਿੰਦੇ ਨਵੀਂ ਮਗਾਲੇ ਵਾਲਾ ਬਹੁਤ ਬਹੁਤ ਧੰਨਵਾਦ, ਲਓ ਸਾਹਮਣੇ ਮੇਰੇ ਵੀਰੋ ਕਹਿੰਦੇ ਕਮਾਲ ਹੋਈ ਪਈ ਆ, ਹਾਓ ਦੁਨੀਆ ਕਹਿੰਦੇ ਤਿਆਲ ਆ ਨੰਬਰ, ਹੁਣ ਇੱਧਰ ਜੋਟੀ ਸੋਲਵਾ ਡੋੜੂ ਜਾ ਫਿਰ ਨਹੀਂ ਇਹਦੇ ਸਮੇਂ ਹੀ ਦੱਸੂਗਾ, ਹਾਓ ਪੱਲੇ ਹੁਣ ਦੇ ਬਈ ਵਾਲੀ ਆ ਕਹਿੰਦੇ ਉੱਡਿਆ ਫਿਰਦਾ, ਹਾਓ ਨੰਬਰ ਕਹਿੰਦੇ ਸੋਲਵੇ ਦੀ ਭਾਲ ਦੇ ਵਿੱਚ ਆ, ਤੇ ਉੱਧਰ ਬੜਸੀਕਰੀ ਵਾਲੇ ਮੁੰਡੇ ਵੀ ਫਾਈਨਲ ਫਾਈਨਲ ਕਰਦੇ ਕਹਿੰਦੇ ਅੱਗੇ ਵੱਲੋਂ ਵੱਧਦੇ ਤੁਰੇ ਆਉਂਦੇ ਆ, ਹਾਓ ਫਾਈਨਲ ਫਾਈਨਲ ਕਰਦੇ ਮੁੰਡੇ ਅੱਗੇ ਵੱਲੋਂ ਕਹਿੰਦੇ ਵੱਧਦੇ ਤੁਰੇ ਆਉਂਦੇ ਆ ਮੇਰੇ ਵੀਰੇ, ਵਾਕਈ ਐਂ ਕਹਿੰਦੇ ਫਾਈਨਲ ਫਾਈਨਲ ਕਰਦੇ ਆ ਮੁੰਡੇ, ਤਿਆਰੀ ਫੜੀ ਬੈਠੀ ਆ ਵੀ ਅੱਜ ਫਾਈਨਲ ਖੇਡਾਂਗੇ, ਐਂ ਕਹਿੰਦੇ ਪੂਰਾ ਜ਼ੋਰ ਲੱਗਿਆ ਖੇਡਦੇ ਮੈਦਾਨ ਦੇ ਅੰਦਰ, ਦੇਖਾਂਗੇ ਵੀ ਕਿਹੜੀ ਟੀਮ ਅੱਜ ਭਾਗਾਂ ਵਾਲੇ 31,000 ਦੇ ਹੱਕਦਾਰ ਹੁੰਦੀ ਹੈ, ਇਹ ਫੈਸਲੇ ਜਿਹੜੇ ਹੋ ਜਾਣੇ। ਉੱਧਰ ਨਵੀਂ ਵੀਰ ਸਾਡਾ ਮੰਗਾਲੇ ਵਾਲਾ ਵਿਸ਼ੇਸ਼ ਤੌਰ ਤੇ ਜੁੜ ਗਿਆ, ਪੰਜਾਬੀ ਮਾਂ ਬੋਲੀ ਦਾ ਇੱਕ ਵੱਡਾ ਬੁਲਾਰਾ ਹੋਇਆ, ਕਹਿੰਦੇ ਠੋਬਰੀ ਦੇ ਕੱਪ ਤੇ ਪੱਖੇ ਦੇ ਕੇ ਵੱਡੇ ਮਾਨ ਸਨਮਾਨ ਕਰ ਦਿੱਤੇ ਭਰਾ ਦੇ, ਕਹਿੰਦੇ ਬਹੁਤ
ਜਿਉਂ ਦਾ ਰਹਿ ਹੱਥ ਵਾਲੀ ਆ ਜੇ ਤੂੰ ਨਾ ਉਵੇਂ ਭੁੱਖੇ ਮਰ ਜਾਣਾ ਤੇ ਅਸੀਂ ਤੂੰ ਚਾਹ ਪਾਣੀ ਸਾਰ ਹੀ ਕੁਰਸੀ ਤੇ ਲਿਆਉਣਾ ਗੱਲਾਂ ਤੇ ਗੱਲ ਕੁਝ ਹੋਰ ਹੀ ਨੇ ਪਰ ਅਠਾਈ ਗਰਾਈ ਤੁਰਿਆ ਆਉਂਦਾ ਬਹਾਦਰ ਗੜੀਆ ਤੇ ਲਵੀ ਲਾਸਟ ਆ ਗਿਆ ਨੰਬਰ ਲਾਸਟ ਨੰਬਰ ਆ ਗਿਆ ਜੀ ਬਰਸੀਕਰੀ ਦਾ ਲਾਸਟ ਨੰਬਰ ਆ ਗਿਆ ਬਰਸੀਕਰੀ ਦੀ ਟੀਮ ਦਾ ਸਰਦੇ ਵੱਡੇ ਉਹ ਨੰਬਰ ਜਿਹੜਾ ਓਏ ਲਾਸਟ ਬਰਸੀਕਰੀ ਵਾਲੇ ਮੁੰਡਿਆਂ ਦਾ ਵਾਹ ਸਿੱਧੀ ਕਮਾਲ ਕਰਦੀ ਹੈ ਨੰਬਰ ਵੀ ਕਹਿੰਦੇ ਲਾਸਟ ਮੁੰਡਿਆਂ ਦਾ ਜਦੋਂ ਜਦ ਕਰਦੇ ਆ ਪਰ ਇੱਧਰ ਵੀ ਤਿੰਨ ਚਾਰ ਕੁ ਨੰਬਰਾਂ ਦੀ ਖੇਡ ਜਿਹੜੀ ਬਾਕੀ ਰਹਿੰਦੀ ਹੈ ਓਕੇ ਓਕੇ ਜੀ ਸੰਜੀਵ ਗੋਇਲ ਜੀ ਲਓ ਜੀ ਬੜਸੀਕਰੀ ਜਿੱਤ ਗਈ ਵੀਰੇ ਰਵੀ ਫਾਈਨਲ ਚਾ ਜੀ ਲਓ ਵੀ ਬਹੁਤ ਬਹੁਤ ਮੁਬਾਰਕਾਂ ਨੇ ਉਧਰੋਂ ਫਾਈਨਲ ਦੇ ਵਿੱਚ ਚਲੀ ਗਈ ਹੈ ਜੀ ਟੀਮ ਆਪਾਂ ਪੈਸੇ ਦੇ ਦਈਏ ਵੀਰੇ ਜੋ ਵੀ ਪਲੇਅਰਾਂ ਦੇ ਲੱਗੇ ਸੀ ਰਵੀ ਤੇ ਨਵਾਬ ਪੈਸੇ ਲੈ ਜਾਣ ਆਓ ਜੀ ਰਵੀ ਭਾਦਰਗੜੀਆ ਤੇ ਨਵਾਬ ਲਓ ਜੀ ਵੀਰੇ ਨਵਾਬ ਦੀ ਬਾਲ ਤੇ 200 ਲਾਇਆ ਸੀ ਬਾਈ ਗਗਨ ਹਲਵਾਰੇ ਨੇ ਉਹ ਆਪਾਂ ਨਵਾਬ ਕੋਲੇ ਕਰਤਾ ਜੀ ਪਹੁੰਚਦਾ ਗਗਨ ਦੋ ਬਾਲਾਂ 400 ਦੀਆਂ ਰਵੀ ਭਾਦਰਗੜ ਦੀਆਂ ਜੀ ਗਗਨ ਬਾਲ ਹਲਵਾਰੇ ਵੱਲੋਂ ਰਵੀ ਹੁਣ ਪੁੱਛ ਕੇ ਕਵਰਤਨ ਦਾ ਮੇਲਾ ਜਾ ਮਾੜਾ ਕਹੀ ਰਵੀ ਨੂੰ ਇੱਕ ਵਾਰ ਹੱਥ ਖੜਾ ਕਰਕੇ ਦੱਸੇ ਜੇ ਕਵਰਤਨ ਦਾ ਮੇਲਾ ਯਾਦ ਆਵੇ ਰਵੀ ਜੇ ਕਵਰਤਨ ਦਾ ਮੇਲਾ ਯਾਦ ਇੱਕ ਵਾਰੀ ਹੱਥ ਖੜਾ ਕਰਦੇ ਵੱਡਾ ਮੇਲਾ ਭਰਿਆ ਕਹਿੰਦੇ ਦਿੱਲੀ ਤੱਕ ਦੇ ਵੱਡਾ ਮੇਲਾ ਭਰਿਆ ਕਹਿੰਦੇ ਉੱਥੇ